ਸੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਪੰਮਾ ਝੰਡ ਵਾਲਾ ਤੇ ਤੁਸੀਂ ਮੇਰੇ ਪਹਿਲਾਂ ਵੀ ਕਈ ਸਾਉਂਫ ਸੁਨੇ ਨੇ ਲਾਈਵ ਫੇਸਬੁੱਕ ਤੇ ਔਰ ਡੀਡੀ ਪੰਜਾਬੀ ਤੇ ਤੇ ਅੱਜ ਮੈਂ ਇੱਕ ਬੇਰੁਜ਼ਗਾਰਾਂ ਵਾਸਤੇ ਜਿਹੜੇ ਟੈਟ ਪਾਸ ਕੀਤਾ ਮੁੰਡਿਆਂ ਨੇ ਧਰਨੇ ਲਾਉਂਦੇ ਨੇ ਪਰ ਸਰਕਾਰਾਂ ਤੇ ਭੋਰਾ ਵੀ ਅਸਰ ਨਹੀਂ ਪੈਂਦਾ ਉਹਨਾਂ ਦੀ ਗੱਲਬਾਤ ਕਰਨ ਜਾ ਰਿਹਾ ਹਾਂ ਨੇ ਤੇ ਹੀ ਧਰਨੇ ਲਾਉਂਦੇ ਨੇ ਉਹ ਨੌਕਰੀ ਲਈ ਮਨਹਾਉਂਦੇ ਨੇ ਨੇਤ ਹੀ ਧਰਨੇ ਲਾਉਂਦੇ ਨੇ ਉਹ ਨੌਕਰੀ ਲਈ ਮਨਾਉਂਦੇ ਨੇ ਪੋਰਾ ਅਸਰ ਨਾ ਪੈਂਦਾ ਭਈ ਇਹਨਾਂ ਸਰਕਾਰਾਂ ਤੇ ਨੇਤ ਹੀ ਪਰਚੇ ਹੁੰਦੇ ਨੇ ਹੁਣ ਬੇਰੁਜ਼ਗਾਰਾਂ ਤੇ ਨੇਤ ਹੀ ਪਰਚੇ ਹੁੰਦੇ ਨੇ ਹੁਣ ਬੇਰੁਜ਼ਗਾਰਾਂ ਤੇ ਉਹ ਟਟ ਪਾਸ ਵੀ ਕੀਤਾ ਏ ਪਰ ਫਿਰ ਵੀ ਬੇਰੁਜ਼ਗਾਰ ਅਸੀਂ ਉਹ ਟੱਟ ਪਾਸ ਵੀ ਕੀਤਾ ਏ ਪਰ ਫਿਰ ਵੀ ਬੇਰਜਗਾਰ ਅਸੀਂ ਉਹ ਵੱਡੀ ਰਿਸ਼ਵਤ ਮੰਗਦੇ ਨੇ ਪਰ ਚੱਲ ਨਹੀਂ ਸਕਦੇ ਭਾਰ ਅਸੀਂ ਉਹ ਵੱਡੀ ਰਿਸ਼ਵਤ ਮੰਗਦੇ ਨੇ ਪਰ ਚੱਲ ਨਹੀਂ ਸਕਦੇ ਭਾਰ ਅਸੀਂ ਉਹ ਖਾਤੇ ਪੂਰੇ ਕਰਦੇ ਵੋਟਾਂ ਦੀਆਂ ਜਿੱਤਾਂ ਹਾਰਾਂ ਤੇ ਉਹ ਨਿੱਤ ਹੀ ਪਰਚੇ ਹੁੰਦੇ ਨੇ ਹੁਣ ਬੇਰਜਗਾਰਾਂ ਤੇ ਉਹ ਨਿਤ ਹੀ ਪਰਚੇ ਹੁੰਦੇ ਨੇ ਹੁਣ ਬੇਰਜ ਘਾਰਾਂ ਤੇ ਉਹ ਵੋਟਾਂ ਵੇਲੇ ਲੀਡਰ ਦਿੰਦੇ ਸਭ ਨੂੰ ਨੇ ਰਜਗਾਰ ਬਈ ਪਿੱਛੋਂ ਕਹਿੰਦੇ ਸੈਂਟਰ ਦੇ ਵਿੱਚ ਆਪਣੀ ਨਾ ਸਰਕਾਰ ਬਈ ਉਹ ਵੋਟਾਂ ਵੇਲੇ ਲੀਡਰ ਦਿੰਦੇ ਸਭ ਨੂੰ ਨੇ ਰਜਗਾਰ ਬਈ ਪਿੱਛੋਂ ਕਹਿੰਦੇ ਸੈਂਟਰ ਦੇ ਵਿੱਚ ਆਪਣੀ ਨਾ ਸਰਕਾਰ ਬਈ ਉੱਕ ਕਦੇ ਜਕੀਣ ਨਾ ਕਰਿਓ ਇਹੇ ਯਾਰ ਗਦਾਰਾਂ ਤੇ ਉਹ ਨਿਤ ਹੀ ਪਰਚੇ ਹੁੰਦੇ ਨੇ ਹੁਣ ਬੇਰਜ ਘਾਰਾਂ ਤੇ ਉਹ ਨਿਤ ਹੀ ਪਰਚੇ ਹੁੰਦੇ ਨੇ ਹੁਣ ਬੇਰਜ ਘਾਰਾਂ ਤੇ ਹਮਤੇ ਉੱਤੇ ਲੱਗਿਆ ਕਦੇ ਕਲੰਕ ਨਾ ਮਿਟਦਾ ਏ ਜੰਡ ਵਾਲੀਆ ਪੰਮਾ ਸੱਚੀਆਂ ਗੱਲਾਂ ਲਿਖਦਾ ਏ ਉਮੱਤੇ ਉੱਤੇ ਲੱਗਿਆ ਕਦੇ ਕਲੰਕ ਨਾ ਮਿਟਦਾ ਏ ਜੰਡਵਾਲੀਆ ਪੰਮਾ ਸੱਚੀਆਂ ਗੱਲਾਂ ਲਿਖਦਾ ਏ ਉਹ ਗੌਰ ਜਰਾ ਤੁਸੀਂ ਕਰਿਓ ਦੱਸੇ ਗਏ ਵਿਚਾਰਾਂ ਤੇ ਉਹ ਨਿਤ ਹੀ ਪਰਚੇ ਹੁੰਦੇ ਨੇ ਹੁਣ ਬੇਰਜ ਘਾਰਾਂ ਤੇ ਉਹ ਨਿਤ ਹੀ ਪਰਚੇ ਹੁੰਦੇ ਨੇ ਹੁਣ ਬੇਰਜ ਘਾਰਾਂ ਤੇ ਉਹ ਨਿਤ ਹੀ ਪਰਚੇ ਹੁੰਦੇ ਨੇ ਹੁਣ ਬੇਰਜ ਘਾਰਾਂ ਤੇ